8 ਸਿਲੰਡਰ ਦੇ ਪਿੱਛੇ ਤੁਸੀਂ ਤੁਹਾਨੂੰ ਬਹੁਤ ਟ੍ਰੋਲ ਕੀਤਾ ਗਿਆ, ਕੁਝ ਕਹਿਣਾ ਚਾਹੋਗੇ? ਨਾਲੇ 8 ਸਿਲੰਡਰ ਤਾਂ ਮੇਰਾ ਵਿਚਾਰਾ ਮਰਹੂਮ ਵੀਰ ਸ਼ੁਭਦੀਪ ਉਹਦਾ ਵੀ ਗਾਣਾ ਸੀ। 8 ਸਿਲੰਡਰ ਤਕੜਿਆਂ ਦਾ ਗਾਣਾ ਹੈ ਤੇ ਤਕੜੇ ਹੋ ਕੇ ਹੀ ਮਿਲਾਂਗੇ, ਮੈਨੂੰ ਕੋਈ ਪਰਵਾਹ ਨਹੀਂ 8 ਸਿਲੰਡਰ ਦੀ। ਮੇਰਾ ਨਾਮ ਸਿਮਰਤ ਸ਼ੇਰਗਿੱਲ ਸੀ, ਫਿਰ ਮੈਂ ਵਿਆਹ ਤੋਂ ਬਾਅਦ ਸਿਮਰਤ ਖੰਗੂੜਾ ਹੋ ਗਈ ਤੇ ਮੈਨੂੰ ਲੱਗਦਾ ਉਹੀ ਸ਼ੇਰਨੀ ਵਾਲੀ ਦਲੇਰੀ ਅੱਜ ਵੀ ਹੈ ਤੇ ਮੈਨੂੰ ਕਿਸੇ ਦੇ ਟ੍ਰੋਲ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਮੈਂ ਮਜ਼ਬੂਤ ਹੁੰਦੀ ਹਾਂ। ਗੁਲਦੀ ਨੇ ਮੂਸੇ ਵਾਲੇ ਦੇ ਗਾਣੇ ਸੁਣੇ ਸਿੱਧੂ ਦੇ, ਮੈਂ ਕਹਿਣਾ ਗੁਲਦੀ ਤੁਸੀਂ ਕੀ ਸੁਣੀ ਜਾਂਦੇ ਹੋ, ਪਰ ਜਿੱਦਣੇ ਉਹ ਚਲਾ ਗਿਆ ਨਾ ਰੋ ਰੋ ਕੇ ਉਹਦੇ ਗਾਣੇ ਸੁਣੇ। ਜੇ ਕਿਸੇ ਧੀ ਭੈਣ ਦਾ ਵਿਆਹ ਕਰਕੇ ਪੋਲੀਟਿਕਸ ਕਰ ਲਈ ਤਾਂ ਬਹੁਤ ਵਧੀਆ ਕੀਤੀ ਹੈ, ਕਿਸੇ ਗਰੀਬ ਦੀ ਫੀਸ ਭਰ ਕੇ ਕਰ ਲਈ ਤਾਂ ਬਹੁਤ ਵਧੀਆ ਕੀਤੀ ਹੈ। ਕਹਿੰਦੇ ਨਹੀਂ ਹੁੰਦੇ ਕਿ ਜਿਹਨੂੰ ਆਪਦਾ ਮੂੰਹ ਨਹੀਂ ਧੋਣਾ ਆਉਂਦਾ ਕਿਸੇ ਦਾ ਕੀ ਧੋਊਗਾ। ਇੱਕ ਸ਼ੌਕੀਨ ਬੰਦਾ ਆਪਣੇ ਆਪ ਨੂੰ ਵੀ ਵਧੀਆ ਰੱਖਦਾ ਤੇ ਦੂਜਿਆਂ ਨੂੰ ਵੀ। ਤੁਹਾਡਾ ਫੇਵਰਿਟ ਪੋਲੀਟੀਸ਼ੀਅਨ ਕਿਹੜਾ? ਗੋਲਡੀ। ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਇਹ ਬਹੁਤ ਜ਼ਿਆਦਾ ਗੋਲਡੀ ਗੋਲਡੀ ਕਹਿੰਦੀ, ਪਰ ਮੈਂ ਕਰਾਂ ਕੀ ਸਿਮਰਨ, ਮੇਰੀ ਰਿਐਲਿਟੀ ਵੀ ਇਹ ਹੈ। ਤੁਸੀਂ ਯਕੀਨ ਨਹੀਂ ਕਰਨਾ ਰਾਜੇ, ਜੇ ਗੋਲਡੀ 2-3 ਦਿਨ ਬਾਅਦ ਵੀ ਬਾਹਰੋਂ ਆਉਂਦੇ ਨੇ ਨਾ ਤੇ ਇੱਕ ਪੱਤਾ ਵੀ ਟੁੱਟਿਆ ਹੋਵੇ ਜਾਂ ਬੱਚਿਆਂ ਦੀ ਬਾਲ ਵੱਜ ਜਾਵੇ, ਇਹ ਕਹਿ ਦਿੰਦੇ ਨੇ ਕਿ ਮੇਰਾ ਪੱਤਾ ਕਿਉਂ ਮੁਰਝਾਇਆ ਹੋਇਆ, ਰਣੀਏ ਆ ਇਹ 'ਚ ਪਾਣੀ ਨਹੀਂ ਪਿਆ ਹੋਇਆ, ਫਲਾਨੇ ਆ ਉਹਦੇ 'ਚ ਪਾਣੀ ਨਹੀਂ ਪਿਆ ਹੋਇਆ। ਉਹਨਾਂ ਨੂੰ ਆਪਣੇ ਬੂਟੇ ਬਹੁਤ ਪਸੰਦ ਸੀ। ਮੈਂ 10th ਕਲਾਸ ਸੀ ਜਦ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਾਰ ਦਿੱਤੀ ਸੀ। ਪਾਪਾ ਨੇ ਕਿਹਾ ਸੀ ਕਿ ਮੇਰਾ ਪੁੱਤ ਆ, ਮੇਰਾ ਸ਼ੇਰ ਹੈ, ਉਹੀ ਸ਼ੇਰ ਵਾਲੀ ਪ੍ਰਵਿਰਤੀ ਪਾਪਾ ਨੇ ਭਰੀ ਅਤੇ ਉਹ ਹੈਗੀ ਹੈ। ਆਮ ਤੌਰ 'ਤੇ ਇਹ ਗੱਲ ਆਖੀ ਜਾਂਦੀ ਹੈ ਕਿ ਇੱਕ ਸਫਲ ਵਿਅਕਤੀ ਦੇ ਪਿੱਛੇ, ਇੱਕ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਅਤੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਹੋਣਾ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਪਤਨੀ ਦਾ ਕਿੰਨਾ ਕੁ ਹੱਥ ਹੈ। ਸਾਡੇ ਨਾਲ ਨੇ ਸਿਮਰਤ ਖੰਗੂੜਾ, ਉਹਨਾਂ ਨਾਲ ਗੱਲ ਕਰਾਂਗੇ। ਸਿਮਰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿਮਰਨ, ਬਹੁਤ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਹੋਰ ਸਾਰੇ ਘਰੇ ਠੀਕ ਠਾਕ? ਬਸ ਵਧੀਆ ਜੀ। ਮੇਰਾ ਪਹਿਲਾ ਸਵਾਲ ਇਹੀ ਸੀ ਕਿ ਦਲਵੀਰ ਗੋਲਡੀ ਹੋਣਾ ਦੀ ਕਾਮਯਾਬੀ ਦੇ ਪਿੱਛੇ ਸਿਮਰਤ ਹੋਣਾ ਦਾ ਕਿੰਨਾ ਕੁ ਹੱਥ ਹੈ? ਰਾਜੇ, ਬਸ ਮੈਨੂੰ ਤਾਂ ਇਹ ਪਤਾ ਕਿ ਮੈਂ ਗੋਲਡੀ ਦੀ ਹਰ ਗੱਲ 'ਤੇ ਪਹਿਰਾ ਦੇਣਾ। ਜੋ ਗੋਲਡੀ ਕਹਿੰਦੇ ਨੇ ਉਹੀ ਮੇਰਾ ਕਿੱਤਾ, ਉਹੀ ਮੇਰਾ ਕਰਮ ਹੈ। ਜਿਵੇਂ ਗੋਲਡੀ ਨੇ ਅੱਜ ਤੱਕ ਕਿਹਾ, ਕਾਲਜ ਤੋਂ ਲੈ ਕੇ ਹੁਣ ਤੱਕ ਮੈਂ ਗੋਲਡੀ ਦੇ ਨਾਲ ਹਾਂ ਜੀ। ਜੇ ਮੈਂ ਤੁਹਾਡੇ ਸ਼ਡਿਊਲ ਦੀ ਗੱਲ ਕਰਾਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਤੁਹਾਡਾ ਸ਼ਡਿਊਲ ਕਿਹੋ ਜਿਹਾ ਰਹਿੰਦਾ? ਸ਼ਡਿਊਲ ਰਾਜੇ ਜਿਵੇਂ ਹਰ ਇੱਕ ਆਮ ਲੇਡੀ ਦਾ ਉਹੀ ਚੀਜ਼, ਅਤੇ ਸਭ ਤੋਂ ਪਹਿਲਾਂ ਸਵੇਰੇ ਉੱਠਣਾ ਵੀ ਇੱਕ ਲੇਡੀ ਨਹੀਂ ਹੁੰਦਾ, ਮੈਨੂੰ ਲੱਗਦਾ ਹਰ ਘਰ ਦੀ ਔਰਤ ਦੀ ਉਹੀ ਕਹਾਣੀ ਹੈ ਜੋ ਸਿਮਰਤ ਦੀ ਕਹਾਣੀ ਹੈ। ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੈਂ ਆਪਣਾ ਨਿਤਨੇਮ ਕਰਦੀ ਹਾਂ। ਨਿਤਨੇਮ ਕਰਨ ਤੋਂ ਬਾਅਦ ਆਪਣੇ ਜਿਹੜੇ ਮੇਰੇ 2 ਬੱਚੇ ਨੇ, ਛੋਟੇ ਬੇਟਾ ਮੇਰੇ ਕੋਲ ਆ, ਵੱਡਾ ਹੋਸਟਲ 'ਚ ਹੈ, ਉਹਨੂੰ ਸਕੂਲ ਲਈ ਰੈਡੀ ਕਰਨਾ ਹੁੰਦਾ, ਉਹਦੀਆਂ ਮਿੰਨਤਾਂ ਕਰਦੀ ਹਾਂ, ਉੱਠ ਜਾ ਪੁੱਤੂ। ਫਿਰ ਜਦ ਉਹ ਉੱਠ ਜਾਂਦਾ, ਉਹਨੂੰ ਤਿਆਰ ਕਰਕੇ ਭੇਜ ਕੇ, ਕਈ ਵਾਰੀ ਫੀਲਡ ਦਾ ਕੰਮ ਕਿਉਂਕਿ ਮੈਂ ਗੋਲਡੀ ਨਾਲ ਕਰਦੀ ਹਾਂ, ਕਈ ਵਾਰ 10 ਵਜੇ ਦੇ ਪ੍ਰੋਗਰਾਮ ਹੁੰਦੇ ਨੇ ਤਾਂ ਬਹੁਤ ਕਾਹਲੀ ਸਾਰਾ ਕੁਛ ਕਰਨਾ ਪੈਂਦਾ ਕਿ 10 ਵਜੇ ਪ੍ਰੋਗਰਾਮ 'ਤੇ ਪਹੁੰਚਣਾ। ਬਸ ਨਾਲੇ ਆਪਣਾ ਘਰ ਦਾ ਕੰਮ ਰਾਜੇ, ਨਾਲੇ ਬਾਹਰਲਾ ਕੰਮ, ਬਸ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਇੱਕ ਲੇਡੀ ਦੀ ਜ਼ਿੰਮੇਵਾਰੀ ਜੇ ਬਾਹਰਲੀ ਹੈ ਨਾ ਤਾਂ ਉਹ ਤੋਂ ਜ਼ਿਆਦਾ ਉਹਦੀ ਘਰ ਦੀ ਜ਼ਿੰਮੇਵਾਰੀ ਹੈ ਜੀ। ਜਦੋਂ ਵਿਧਾਇਕੀ ਸੀਗੀ ਉਦੋਂ ਦਾ ਸ਼ਡਿਊਲ ਅਤੇ ਹੁਣ ਦੇ ਸ਼ਡਿਊਲ ਦੇ ਵਿੱਚ ਕੋਈ ਫਰਕ ਆਇਆ ਜਾਂ ਫਿਰ ਸੇਮ ਹੀ ਰਿਹਾ, ਕੰਮ ਵਧਿਆ ਜਾਂ ਘਟਿਆ? ਰਾਜੇ ਮੈਨੂੰ ਤਾਂ ਲੱਗਦਾ ਬਿਲਕੁਲ ਸੇਮ ਹੀ ਹੈ, ਲੋਕਾਂ ਨੇ ਪਿਆਰ ਹਲੇ ਵੀ ਉਨਾ ਹੀ ਦਿੰਦੇ ਨੇ, ਕਿਉਂਕਿ ਔਰ ਸਾਡਾ ਵੀ ਫਰਜ਼ ਮੰਨਦਾ। ਸਿਰਫ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਜਿੱਤ ਗਏ ਜਾਂ ਤੁਸੀਂ ਹਾਰ ਗਏ ਫਿਰ ਹੀ ਤੁਸੀਂ ਲੋਕਾਂ ਕੋਲ ਜਾਣਾ, ਜੇ ਤੁਸੀਂ ਲੀਡਰ ਹੋ ਤਾਂ ਤੁਹਾਨੂੰ ਆਪਦੇ ਲੋਕਾਂ 'ਚ ਹੀ ਰਹਿਣਾ ਪੈਂਦਾ, ਅਤੇ ਬਹੁਤ ਮਾਣ ਕਰਕੇ ਤੁਹਾਨੂੰ ਕੋਈ ਆਪਦੇ ਘਰ ਸੱਦਦਾ। ਅਤੇ ਮੇਰੀ ਤਾਂ ਗੋਲਡੀ ਦੀ ਕੋਸ਼ਿਸ਼ ਹੁੰਦੀ ਹੈ ਉਹ ਮਾਣ ਅਸੀਂ ਬਰਕਰਾਰ ਲੋਕਾਂ ਦਾ ਰੱਖੀਏ, ਅਤੇ ਉਹਨਾਂ ਦਾ ਬਲਕਿ ਧੰਨਵਾਦ ਆ ਸਾਨੂੰ ਬੁਲਾਉਣ ਲਈ, ਅਤੇ ਉੱਥੇ ਪਹੁੰਚਣਾ ਸਾਡੀ ਫੈਮਿਲੀ ਦਾ ਫਰਜ਼ ਬਣਦਾ, ਇਹੀ ਸਾਨੂੰ ਗੋਲਡੀ ਨੇ ਸਿਖਾਇਆ ਜੀ। ਜੇ ਤੁਸੀਂ ਕਿਹਾ ਵੀ ਤੁਸੀਂ ਭੋਗ 'ਤੇ ਵੀ ਜਾਂਦੇ ਹੋ, ਹੁਣੇ ਮੇਰੀ ਸਰ ਨਾਲ ਵੀ ਗੱਲ ਹੋ ਰਹੀ ਸੀ, ਸਰ ਨੇ ਵੀ ਇਹ ਗੱਲ ਕਹੀ ਵੀ ਦੁੱਖ ਸੁੱਖ ਸਾਰਾ ਸਿਮਰਤ ਦੇਖਦੀ ਹੈ, ਹੈ ਨਾ? ਅਤੇ ਘਰਦਿਆਂ ਦਾ, ਰਿਸ਼ਤੇਦਾਰਾਂ ਦਾ, ਨਿਆਣਿਆਂ ਦਾ ਕਦੇ ਲਾਂਭਾ ਰਹਿੰਦਾ ਵੀ ਮੰਮਾ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ? ਬਿਲਕੁਲ ਬਿਲਕੁਲ ਰਾਜੇ, ਸਾਡੀ ਨਾ ਜੁਆਇੰਟ ਫੈਮਿਲੀ ਹੈ ਸਿਮਰਨ, ਗੋਲਡੀ ਹੋਣੀ 3 ਭਰਾ ਨੇ ਅਤੇ 6 ਭੈਣਾਂ। ਵੈਸੇ ਤਾਂ ਚਾਚੇ ਤਾਏ ਦੇ ਨੇ, ਪਰ ਸਾਡੇ ਘਰ ਇਹ ਬੋਲਿਆ ਨਹੀਂ ਜਾਂਦਾ ਚਾਚੇ ਤਾਏ ਦੇ। ਜਿਹੜੀ ਵੀ ਜ਼ਿੰਮੇਵਾਰੀ ਹੈ, ਕਿਉਂਕਿ ਗੋਲਡੀ ਸਭ ਤੋਂ ਵੱਡੇ ਬ੍ਰਦਰ ਨੇ, ਤਾਂ ਪਰਿਵਾਰ ਦੀ ਜ਼ਿੰਮੇਵਾਰੀ ਵੀ ਸਭ ਤੋਂ ਜ਼ਿਆਦਾ ਡੈਡੀ ਜੀ ਉਹਨਾਂ ਨੇ ਮੈਨੂੰ ਅਤੇ ਗੋਲਡੀ ਨੂੰ ਦੇ ਰੱਖੀ ਹੈ। ਤੁਹਾਨੂੰ ਪਤਾ ਭੈਣਾਂ ਦੇ ਸੰਧਾਰੇ ਤੋਰਨੇ, ਭੈਣਾਂ ਦੇ ਘਰ ਜਾਣਾ, ਦੁੱਖ ਸੁੱਖ 'ਚ ਜਾਣਾ, ਉਹ ਤਾਂ ਨਾਲ ਚੱਲਦਾ ਹੀ ਹੈ। ਉਹਨਾਂ ਤੋਂ ਤਾਂ ਲਾਂਭੇ ਆਉਂਦੇ ਨੇ ਕਿ ਸਿਮਰ ਤੂੰ ਲੋਕਾਂ ਵਰਗ, ਮਤਲਬ ਤੈਨੂੰ ਤਾਂ ਬੁਲਾਉਣਾ ਪੈਂਦਾ ਤਾਂ ਤੂੰ ਆਉਂਦੀ ਹੈ, ਪਰ ਕੋਸ਼ਿਸ਼ ਹੁੰਦਾ, ਕਿਉਂਕਿ ਸਿਮਰ ਮੈਨੂੰ ਇਹ ਲੱਗਦਾ ਕਿ ਇੱਕ ਬੰਦੇ ਦੀਆਂ ਜੜ੍ਹਾਂ ਉਹਦਾ ਪਰਿਵਾਰ ਹੁੰਦਾ ਜੀ। ਜਿਹੜਾ ਬੰਦਾ ਆਪਣੇ ਪਰਿਵਾਰ 'ਚ ਚੰਗੀ ਤਰ੍ਹਾਂ ਵਿਚਰਦਾ ਨਾ, ਤਾਂ ਹੀ ਉਹ ਦੁਨੀਆ 'ਚ ਵਿਚਰ ਸਕਦਾ। ਅਤੇ ਬੱਚਿਆਂ ਦੀ ਰਿਸਪੋਂਸੀਬਿਲਟੀ, ਫੈਮਿਲੀ ਦੀ ਰਿਸਪੋਂਸੀਬਿਲਟੀ, ਕੋਸ਼ਿਸ਼ ਹੁੰਦੀ ਹੈ ਕਿ ਤੈਅ ਦਿਲੋਂ ਨਿਭਾਵਾਂ, ਅਤੇ ਅਸੀਂ ਬਹੁਤ ਆਪਣੀ ਛੋਟੀ ਜਿਹੀ ਦੁਨੀਆ 'ਚ ਸਿਮਰਨ ਬਹੁਤ ਖੁਸ਼ ਹਾਂ। ਸਾਡਾ ਪਰਿਵਾਰ, ਸਾਡਾ ਘਰ, ਸਾਡੇ ਬੱਚੇ, ਇਹੀ ਮੇਰੀ ਅਤੇ ਗੋਲਡੀ ਦੀ ਦੁਨੀਆ ਜੀ। ਤੁਸੀਂ ਆਪਣੇ ਰੂਟੀਨ ਬਾਰੇ ਦੱਸਿਆ, ਮਤਲਬ ਬੱਚਿਆਂ ਨੂੰ ਜਦੋਂ ਤਿਆਰ ਕਰਕੇ ਤੋਰਦੇ ਹੋ ਸਕੂਲ ਆ ਕੇ, ਫਿਰ ਉਹਨਾਂ ਦਾ ਰੂਟੀਨ, ਉਹਨਾਂ ਨਾਲ ਇੰਗੇਜਮੈਂਟ ਕਿਸ ਤਰ੍ਹਾਂ ਦੀ ਰਹਿੰਦੀ ਹੈ? ਰਾਜੇ ਮੇਰਾ ਛੋਟਾ ਬੇਟਾ
ਕਿਉਂਕਿ ਬਹੁਤ ਛੋਟਾ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਵੱਡਾ ਬੇਟਾ ਕੁਛ ਕੁ ਮਹੀਨਿਆਂ ਦਾ ਸੀ ਜਦ ਵਿਜਿੰਦਰ ਸਿੰਗਲਾ ਜੀ ਐਮ ਪੀ ਲੜੇ ਅਤੇ ਡੋਰ ਟੂ ਡੋਰ ਮੈਂ ਉਹਨਾਂ ਦੀ ਵਾਈਫ ਨਾਲ ਕਰਾਇਆ ਕੁਛ ਕੁ ਮਹੀਨਿਆਂ ਦਾ ਤਦ ਦੇ ਬੱਚੇ ਮਤਲਬ ਛੱਡ ਕੇ ਜਾਣਾ ਪੈਂਦਾ ਅਤੇ ਇੱਕ ਮਾਂ ਨੂੰ ਰੋਂਦਾ ਬੱਚਾ ਛੱਡ ਕੇ ਜਾਣਾ ਮੈਨੂੰ ਪਤਾ ਕਿੰਨਾ ਔਖਾ ਪਰ ਮੇਰੀ ਉਹ ਜ਼ਿੰਮੇਵਾਰੀ ਸੀ ਐਜ਼ ਅ ਵਾਈਫ ਕਿ ਮੈਂ ਗੋਲਡੀ ਦੇ ਫੀਲਡ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਕਿਉਂਕਿ ਕਾਲਜ ਟਾਈਮ ਤੋਂ ਮੈਂ ਗੋਲਡੀ ਦੇ ਨਾਲ ਹਾਂ ਸਾਡਾ ਹੱਸਣਾ ਖੇਡਣਾ ਦੁੱਖ ਸੁੱਖ ਸਾਡਾ ਸਾਰਾ ਸਾਂਝਾ ਅਤੇ ਛੋਟੇ ਮਤਲਬ ਹੁਣ ਵੀ ਮੇਰਾ ਬੇਟਾ ਕਹਿ ਦੂਗਾ ਮੰਮਾ ਜਦ ਮੈਂ ਸਕੂਲੋਂ ਆਉਣਾ ਨਾ ਤੁਸੀਂ ਹੋਣੇ ਚਾਹੀਦੇ ਹੋ ਫਿਰ ਮੈਨੂੰ ਵੀ ਹੁੰਦਾ ਕਿ ਮੈਂ ਕਿਤੇ ਵੀ ਹਾਂ ਤਾਂ ਮੈਂ 2 ਵਜੇ ਤੱਕ ਪਹੁੰਚਦਾ ਸੀ ਇਕੱਠੇ ਲੰਚ ਕਰੀਏ ਜੇ ਬਾਹਰਲੀ ਜ਼ਿੰਮੇਵਾਰੀ ਹੈ ਨਾ ਰਾਜੇ ਤਾਂ ਪੈਰਲਰ ਜ਼ਿੰਮੇਵਾਰੀ ਘਰੇ ਵੀ ਹੈ ਉਹੀ ਨਿਭਾਉਣ ਦੀ ਕੋਸ਼ਿਸ਼ ਕਰਦੀ ਕਿ ਜੋ ਮਰਜ਼ੀ ਕਰ ਲਾ ਨਾਲੇ ਰਾਜੂ ਕਈ ਵਾਰ ਤਾਂ ਮੇਰੇ ਬੱਚੇ ਕਿਉਂਕਿ ਮੈਂ ਕੁਕਿੰਗ ਕਰਦੀ ਹਾਂ ਮੇਰੇ ਬੱਚੇ ਨੂੰ ਹੁੰਦਾ ਕਿ ਆਹ ਚੀਜ਼ ਮੰਮਾ ਤੁਹਾਡੀ ਹੋਈ ਖਾਣੀ ਹੈ ਫਿਰ ਉਦਨੇ ਮੈਨੂੰ ਇਹ ਹੁੰਦਾ ਕਿ ਮੈਂ ਬਾਹਰੋਂ ਫਟਾਫਟ ਖਤਮ ਕਰਕੇ ਅੱਜ ਬੱਚਿਆਂ ਨੇ ਪਾਓ ਭਾਜੀ ਖਾਣੀ ਆ ਤਾਂ ਮੰਮਾ ਨੇ ਬਣਾਉਣੀ ਆ ਛੋਲੇ ਭਟੂਰੇ ਖਾਣੇ ਆ ਮੰਮਾ ਨੇ ਬਣਾਉਣੇ ਆ ਉਦਨੇ ਥੋੜ੍ਹਾ ਜਿਹਾ ਹੈਕਟਿਕ ਹੋ ਜਾਂਦਾ ਕਿ ਬਾਹਰ ਵੀ ਦੇਖਣਾ ਅਤੇ ਘਰ ਆ ਕੇ ਵੀ ਬੱਚਿਆਂ ਦੀ ਡਿਮਾਂਡ ਪੂਰੀ ਕਰਨੀ ਆ ਤੁਸੀਂ ਕਾਲਜ ਡੇਜ਼ ਦਾ ਜ਼ਿਕਰ ਕੀਤਾ ਕਾਲਜ ਡੇਜ਼ ਯਾਦ ਆਉਂਦੇ ਨੇ ਹੁਣ ਕੋਈ ਦੋਸਤ ਯਾਦ ਆਉਂਦਾ ਹੋਵੇ ਕਾਲਜ ਟਾਈਮ ਤਾਂ ਰਾਜੇ ਮੈਨੂੰ ਲੱਗਦਾ ਕਿਸੇ ਦੇ ਤੁਹਾਡਾ ਵੀ ਬੈਸਟ ਟਾਈਮ ਕਾਲਜ ਟਾਈਮ ਹੀ ਹੁੰਦਾ ਹੈ ਨਾ ਸਕੂਲ 'ਚ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਬਹੁਤ ਛੋਟੇ ਹੁੰਦੇ ਹਾਂ ਅਤੇ ਕਾਲਜ 'ਚ ਤੁਹਾਡੇ ਫਰੈਂਡਸ ਵੀ ਬਣਦੇ ਨੇ ਮੇਰਾ ਤਾਂ ਹਮਸਫ਼ਰ ਹੀ ਕਾਲਜ ਤੋਂ ਬਣਿਆ ਗੋਲਡੀ ਅਤੇ ਮੈਂ ਅਸੀਂ ਸ਼ੁਰੂਆਤ ਕਾਲਜ ਤੋਂ ਕੀਤੀ ਬਹੁਤ ਜ਼ਿਆਦਾ ਯਾਦ ਆਉਂਦਾ ਬਟ ਮੈਂ ਲੱਕੀ ਹਾਂ ਕਿ ਉਹ ਕਾਲਜ ਦੇ ਦਿਨ ਮੈਨੂੰ ਲੱਗਦਾ ਅੱਜ ਵੀ ਮੇਰੇ ਨਾਲ ਨੇ ਕਿਉਂਕਿ ਐਜ਼ ਅ ਫਰੈਂਡ ਗੋਲਡੀ ਮੇਰੇ ਨਾਲ ਨੇ ਤੁਸੀਂ ਬਹੁਤ ਵੋਕਲ ਹੋ ਬਹੁਤ ਬੋਲਡ ਹੋ ਪਰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ 8 ਸਿਲੰਡਰ ਕਰਕੇ ਵੀ ਬਹੁਤ ਟ੍ਰੋਲ ਕੀਤਾ ਗਿਆ ਕੁਛ ਕਹਿਣਾ ਚਾਹੋਗੇ ਰਜੇ ਇਹ ਇੱਕ ਮਤਲਬ ਮੇਰੀ ਪਾਰਟੀ ਦੀ ਪ੍ਰਮੋਸ਼ਨ ਸੀ ਪ੍ਰਿਯੰਕਾ ਗਾਂਧੀ ਜੀ ਆਏ ਲੋਕਾਂ ਨੇ ਇਹ ਤਾਂ ਦੇਖਿਆ ਨਹੀਂ ਕਿ ਇੱਕ ਕਿੱਡੀ ਵੱਡੀ ਪਾਰਟੀ ਨੇ ਪ੍ਰਮੋਸ਼ਨ ਮਤਲਬ ਪਾਰਟੀ ਨੇ ਲੇਡੀਜ਼ ਵਾਸਤੇ ਕਿੱਡਾ ਕੁ ਵੱਡਾ ਇੱਕ ਜੇ ਪਾਰਟੀ ਹੋਂਦ 'ਚ ਆਉਂਦੀ 2022 'ਚ ਜੇ ਕਾਂਗਰਸ ਪਾਰਟੀ ਹੋਂਦ 'ਚ ਦੁਬਾਰਾ ਆਉਂਦੀ ਤਾਂ 8 ਸਿਲੰਡਰ ਲੋਕਾਂ ਨੂੰ ਮਤਲਬ ਲੇਡੀਜ਼ ਨੂੰ ਮਿਲਣੇ ਸੀ ਉਹ ਪਲੈਟਫਾਰਮ ਉਹ ਧੂਰੀ ਤੋਂ ਅਨਾਊਂਸ ਹੋਇਆ ਪਰ ਲੋਕਾਂ ਨੇ ਇਹ ਨਹੀਂ ਦੇਖਿਆ ਉਵੇਂ ਹੀ ਟ੍ਰੋਲ ਕਰਨ ਲੱਗੇ ਨਾਲੇ ਕਿਸੇ ਦੇ ਟ੍ਰੋਲ ਕਰਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਰੱਬ ਮੂਹਰੇ ਅਰਦਾਸ ਕਰਦੀ ਹਾਂ ਲੋਕਾਂ ਦੀਆਂ ਹਾਂ ਦੁਆਵਾਂ ਕੰਮ ਆਉਣ ਕਿਸੇ ਦਿਨ ਇਹੀ ਚੀਜ਼ ਦੀ ਮਨਿਸਟਰੀ ਲੈ ਕੇ ਨਾ ਅਤੇ ਫਿਰ 8 ਸਿਲੰਡਰ ਹੀ ਪੰਜਾਬ 'ਚ ਦੇਵਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਕਹਿੰਦੀ ਹਾਂ ਮੈਨੂੰ ਕਿਸੇ ਦੇ ਟ੍ਰੋਲ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਲਕਿ ਮੈਂ ਬੋਲਡ ਹੁੰਦੀ ਹਾਂ ਕਿ ਮੈਂ ਲੋਕਾਂ 'ਚ ਕਿਵੇਂ ਜਾਣਾ ਨਾਲੇ ਜਦ ਕੁਛ ਗਲਤ ਕੀਤਾ ਨਹੀਂ ਨਾ ਸਿਮਰਨ ਫਿਰ ਅੱਖਾਂ ਝੁਕਦੀਆਂ ਵੀ ਨਹੀਂ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਮਰਤ ਨੂੰ ਐਮ ਪੀ ਐਮ ਐਲ ਏ ਦੇਖ ਸਕਦੇ ਹਾਂ ਰਾਜਨੀਤੀ ਦੇ ਵਿੱਚ ਜਿਵੇਂ ਗੋਲਡੀ ਕਹਿਣਗੇ ਪਹਿਲਾਂ ਗੋਲਡੀ ਦੂਜੀ ਪਾਰਟੀ ਜੋ ਕੁਛ ਵੀ ਗੋਲਡੀ ਕਹਿਣਗੇ ਜੇ ਉਹ ਚਾਹੁਣਗੇ ਕਿ ਮੈਂ ਐਕਟਿਵਲੀ ਅੱਗੇ ਆਵਾਂ ਤਾਂ ਮੈਂ ਡੈਫੀਨੇਟਲੀ ਐਕਟਿਵਲੀ ਅੱਗੇ ਆਊਂਗੀ ਅਤੇ ਕਿਉਂਕਿ ਰਾਜੇ ਇਹਦੇ 'ਚ ਗੋਲਡੀ ਦਾ ਜਾਂ ਮੇਰਾ ਜਾਂ ਪਾਰਟੀ ਦਾ ਮੇਨ ਚੀਜ਼ ਤਾਂ ਇਹ ਹੁੰਦੀ ਹੈ ਕਿ ਲੋਕ ਕੀ ਚਾਹੁੰਦੇ ਨੇ ਲੋਕ ਕਿਵੇਂ ਮਤਲਬ ਇਹ ਚੀਜ਼ ਹੁੰਦੀ ਹੈ ਕਿ ਇੱਕ ਐਜ਼ ਅ ਪਰਿਵਾਰ ਹੀ ਤੁਹਾਡੀ ਤੁਸੀਂ ਜਦ ਕਿਸੇ ਵੀ ਸੁਸਾਇਟੀ ਨੂੰ ਐਜ਼ ਅ ਪਰਿਵਾਰ ਲੈਂਦੇ ਹੋ ਨਾ ਸਾਡੇ ਪਰਿਵਾਰ ਵੱਲੋਂ ਸੁਸਾਇਟੀ 'ਚ ਕਦੇ ਵੀ ਕੁਛ ਗਲਤ ਨਹੀਂ ਦਿੱਤਾ ਗਿਆ ਹਮੇਸ਼ਾ ਗਰੀਬ ਗੁਰਬੇ ਦੀ ਬਾਹੀਂ ਫੜੀ ਗਈ ਹੈ ਅਤੇ ਜਿਵੇਂ ਤੁਸੀਂ ਟ੍ਰੋਲਿੰਗ ਦੀ ਗੱਲ ਕੀਤੀ ਟ੍ਰੋਲਿੰਗ ਨਾਲ ਕੋਈ ਵੀ ਬੰਦਾ ਮੈਨੂੰ ਨਹੀਂ ਕਿਸੇ ਦਾ ਪਤਾ ਮੇਰਾ ਨਾਮ ਸਿਮਰਤ ਸ਼ੇਰਗਿੱਲ ਸੀ ਫਿਰ ਮੈਂ ਵਿਆਹ ਤੋਂ ਬਾਅਦ ਸਿਮਰਤ ਖੰਗੂੜਾ ਹੋ ਗਈ ਅਤੇ ਮੈਨੂੰ ਲੱਗਦਾ ਉਹੀ ਸ਼ੇਰਨੀ ਵਾਲੀ ਦਲੇਰੀ ਅੱਜ ਵੀ ਹੈ ਅਤੇ ਮੈਨੂੰ ਕਿਸੇ ਦੇ ਟ੍ਰੋਲ ਨਾਲ ਕੋਈ ਫਰਕ ਨਹੀਂ ਪੈਂਦਾ ਬਲਕਿ ਮੈਂ ਮਜ਼ਬੂਤ ਹੁੰਦੀ ਹਾਂ ਛੋਟੇ ਹੁੰਦੇ ਆ ਕੀ ਬਣਨਾ ਚਾਹੁੰਦੇ ਸੀ ਛੋਟੇ ਹੁੰਦੇ ਰਾਜੇ ਮੈਂ ਜੇ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਮੈਂ ਇੱਕ ਰਿਨਾਊਂਡ ਫੈਮਿਲੀ 'ਚ ਪੈਦਾ ਹੋਈ ਮੇਰੇ ਫਾਦਰ ਸਾਹਿਬ ਲੋਇਰ ਸੀਗੇ ਅਤੇ ਉਹਨਾਂ ਨੇ ਐੱਮ ਐੱਲ ਏ ਵੀ ਲੜੀ ਧੂਰੀ ਤੋਂ ਹੀ ਐੱਮ ਐੱਲ ਏ ਲੜੇ ਮੇਰੇ ਫਾਦਰ ਸਾਹਿਬ ਮੇਰੇ ਤਾਇਆ ਜੀ ਕਰਨਲ ਸੀ ਇੱਕ ਮੇਰੇ ਤਾਇਆ ਜੀ ਕਮਿਸ਼ਨਰ ਚੀਫ ਕਮਿਸ਼ਨਰ ਰਿਟਾਇਰ ਹੋਏ ਮੇਰੇ ਬਾਬਾ ਜੀ ਹੁਣੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ ਪਟਿਆਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬ੍ਰਿਗੇਡੀਅਰ ਰਹੇ ਨੇ ਡੀ ਐੱਸ ਪੀ ਰਹੇ ਨੇ ਮੇਰੇ ਬਾਬਾ ਜੀ ਹੁਣੀ ਹਾਈ ਕੋਰਟ ਦੇ ਜੱਜ ਰਹੇ ਨੇ ਏਹੀ ਜੀ ਫੈਮਿਲੀ ਤੋਂ ਸੀ ਅਤੇ ਤੁਹਾਨੂੰ ਪਤਾ ਜਦ ਏਹੀ ਜੀ ਫੈਮਿਲੀ ਹੋਵੇ ਤੁਸੀਂ ਜਿੱਥੇ ਪੈਦਾ ਹੁੰਦੇ ਹੋ ਉਹਦੇ ਤੋਂ ਹੀ ਤੁਹਾਡੀ ਮਾਇੰਡ ਬਣਨਾ ਸ਼ੁਰੂ ਹੋ ਜਾਂਦਾ ਅਤੇ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਨਾ ਕੁਛ ਅੱਗੇ ਆ ਕੇ ਸਟੈਪ ਮਤਲਬ ਇਹ ਨਹੀਂ ਕਿ ਮੈਂ ਘਰੇ ਰਹਿਣਾ ਮੈਂ ਪਿੱਛੇ ਰਹਿਣਾ ਮੇਰੇ ਫਾਦਰ ਨੇ ਵੀ ਸਿਮਰਨ ਮੈਨੂੰ ਬਹੁਤ ਪਿਆਰ ਕੀਤਾ ਉਹਨਾਂ ਨੇ ਮੈਨੂੰ ਨਾ ਕਦੇ ਕਿਹਾ ਹੀ ਨਹੀਂ ਤੂੰ ਕੁੜੀਆਂ ਪਾਪਾ ਆਹ ਕਰਨਾ ਕਰ ਲਾ ਪਾਪਾ ਆਹ ਕਰਨਾ ਤੂੰ ਕਰ ਲਾ ਮੇਰੇ ਜੇ ਬਹੁਤ ਛੋਟੀ ਸੀ ਮੈਂ 10th ਕਲਾਸ ਸੀ ਜਦ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਾਰ ਦਿੱਤੀ ਸੀ ਬਹੁਤ ਪੁਰਾਣੀਆਂ ਗੱਲਾਂ ਨੇ ਨਾਈਨ ਮਤਲਬ ਹੈ ਨਾ ਤਦ ਇਹ ਮੰਨ ਲਓ 98 ਹਾਂਜੀ 98 ਤਕਰੀਬਨ ਗੱਲਾਂ ਹੋਣਗੀਆਂ ਤਦ ਕੁੜੀਆਂ ਕੌਣ ਕਾਰਾਂ ਚਲਾਉਂਦੀਆਂ ਸੀ ਬਟ ਮੇਰੇ ਪਾਪਾ ਨੇ ਕਿਹਾ ਸੀ ਕਿ ਮੇਰਾ ਪੁੱਤ ਆ ਮੇਰਾ ਸ਼ੇਰ ਹੈ ਉਹੀ ਸ਼ੇਰ ਵਾਲੀ ਪ੍ਰਵਿਰਤੀ ਪਾਪਾ ਨੇ ਭਰੀ ਅਤੇ ਉਹ ਹੈਗੀ ਹੈ ਅਤੇ ਬਣਨਾ ਵੀ ਇਹੀ ਚਾਹੁੰਦੀ ਸੀ ਕਿ ਲੋਕਾਂ ਨੂੰ ਕਦੇ ਪਿੱਛੇ ਦੇ ਰਹਿ ਕੇ ਨਾ ਕਿਸੇ ਤੋਂ ਰਹਾਂ ਮੈਂ ਖੁਸ਼ ਨਸੀਬ ਹਾਂ ਸਿਮਰਨ ਕਿ ਮੇਰੇ ਫਾਦਰ ਸਾਹਿਬ ਨੇ ਜਿਵੇਂ ਮੈਨੂੰ ਰੱਖਿਆ ਨਾ ਮੇਰੇ ਫਾਦਰ ਇਨ ਲਾਅ ਨੇ ਵੀ ਮੈਨੂੰ ਉਵੇਂ ਹੀ ਰੱਖਿਆ ਮੇਰੇ ਫਾਦਰ ਇਨ ਲਾਅ ਦੀ 40 ਸਾਲ ਦੀ ਸਰਵਿਸ ਸੀ ਅਤੇ ਉਹ
ਐਜ਼ ਅ ਮੈਨੇਜਰ ਰਿਟਾਇਰ ਹੋਏ ਐਫ ਸੀ ਆਈ ਤੋਂ। ਇੱਥੇ ਗੋਲਡੀ ਦੀ ਜੁਆਇੰਟ ਫੈਮਿਲੀ ਸੀ, ਬਹੁਤ ਸਾਰੀਆਂ ਕੁੜੀਆਂ ਸੀ, ਤੁਹਾਨੂੰ ਪਤਾ ਹੈ ਨਾ ਕਿ ਉਵੇਂ ਘਰ ਦਾ ਪਰਿਵਾਰ ਦਾ ਮਾਹੌਲ ਹੁੰਦਾ। ਪਰ ਮੈਂ ਆਈ ਅਤੇ ਮੈਨੂੰ ਕਦੇ ਡੈਡੀ ਜੀ ਨੇ ਮਨਾ ਨਹੀਂ ਕੀਤਾ। ਮੇਰੇ ਫਾਦਰ ਚਲੇ ਗਏ ਸੀ 2013 'ਚ, ਉਹਨਾਂ ਦੀ ਡੈਥ ਹੋ ਗਈ ਸੀ। ਬਟ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਇਨ ਲਾਅ ਦੇ ਰੂਪ 'ਚ ਮੇਰੇ ਫਾਦਰ ਮੇਰੇ ਕੋਲ ਅੱਜ ਵੀ ਨੇ, ਡੈਡੀ ਜੀ ਆਹ ਕਰਨਾ ਕਰ ਪੁੱਤ। ਕਈ ਵਾਰ ਤਾਂ ਮੈਂ ਅਤੇ ਡੈਡੀ ਇਕੱਠੇ ਸਲਾਹ ਕਰ ਲੈਂਦੇ ਅਤੇ ਗੋਲਡੀ ਇੱਕ ਪਾਸੇ ਹੋ ਜਾਂਦੇ ਨੇ, ਮੈਂ ਮੰਮੀ ਡੈਡੀ ਇਕੱਠੇ ਹੋ ਜਾਂਦੇ ਅਤੇ ਗੋਲਡੀ ਸਾਡੀ ਮੈਜੋਰਟੀ ਹੋ ਜਾਂਦੀ ਹੈ। ਅਸੀਂ ਗੋਲਡੀ ਤੋਂ ਕੋਈ ਗੱਲ ਮਨਾਉਣੀ ਹੁੰਦੀ ਹੈ, ਮੈਂ ਮੰਮੀ ਡੈਡੀ ਇੱਕ ਪਾਸੇ ਹੁੰਦੇ ਹਾਂ, ਗੋਲਡੀ ਇੱਕ ਪਾਸੇ, ਪਰ ਫਿਰ ਗੋਲਡੀ ਨੂੰ ਸਾਡੀ ਮੰਨਣੀ ਪੈਂਦੀ ਹੈ। ਸਿਮਰਤ, ਤੁਸੀਂ ਬਹੁਤ ਬੋਲਡ ਹੋ, ਬਹੁਤ ਵੋਕਲ ਹੋ, ਪਰ 8 ਸਿਲੰਡਰ ਦੇ ਪਿੱਛੇ ਤੁਸੀਂ, ਤੁਹਾਨੂੰ ਬਹੁਤ ਰੋਲ ਕੀਤਾ ਗਿਆ, ਕੁਛ ਕਹਿਣਾ ਚਾਹੋਗੇ? ਬਿਲਕੁਲ, ਬਹੁਤ ਵਧੀਆ ਸਵਾਲ ਪੁੱਛਿਆ ਸਿਮਰਨ, ਕਿਉਂਕਿ ਇਹ ਜਵਾਬ ਉਹਨਾਂ ਨੂੰ ਹੋਊਗਾ ਜਿਹੜੇ ਟ੍ਰੋਲ ਕਰਦੇ ਨੇ, ਕਿਉਂਕਿ ਮੈਨੂੰ ਕਿਸੇ ਦੇ ਟ੍ਰੋਲ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਮੈਂ ਹੋਰ ਮਜ਼ਬੂਤ ਹੁੰਦੀ ਹਾਂ। ਨਾਲੇ ਟ੍ਰੋਲਿੰਗ ਉੱਥੇ ਹੁੰਦੀ ਹੈ ਜੇ ਕੋਈ ਕਿਸੇ ਗੱਲ ਤੋਂ ਕੋਈ ਮੁੱਕਰਿਆ ਹੋਵੇ। ਸਾਡੀ ਤਾਂ ਉਹ ਪਾਰਟੀ ਦਾ ਇੱਕ ਪ੍ਰੋਗਰਾਮ ਸੀ ਕਿ ਜੇ ਸਾਡੀ ਪਾਰਟੀ ਹੋਂਦ 'ਚ ਆਉਂਦੀ, ਅਸੀਂ 8 ਸਿਲੰਡਰ ਦਿੰਦੇ। ਨਾਲੇ 8 ਸਿਲੰਡਰ ਤਾਂ ਮੇਰਾ ਬੇਚਾਰਾ ਮਰਹੂਮ ਵੀਰ ਸ਼ੁਭਦੀਪ, ਉਹਦਾ ਵੀ ਗਾਣਾ ਸੀ ਅਤੇ ਟੱਕਰੇ, ਮਤਲਬ 8 ਸਿਲੰਡਰ ਤਕੜਿਆਂ ਦਾ ਗਾਣਾ ਅਤੇ ਤਕੜੇ ਹੋ ਕੇ ਹੀ ਮਿਲਾਂਗੇ, ਮੈਨੂੰ ਕੋਈ ਪਰਵਾਹ ਨਹੀਂ 8 ਸਿਲੰਡਰ ਦੀ। ਤੁਸੀਂ ਆਪਣੇ ਫੈਮਿਲੀ ਬੈਕਗਰਾਊਂਡ ਬਾਰੇ ਦੱਸ ਰਹੇ ਸੀ, ਤੁਹਾਨੂੰ ਪੇਕੇ ਗਿਆ ਕਿੰਨਾ ਕੁ ਟਾਈਮ ਹੋ ਗਿਆ? ਰਾਜੇ, ਇਹ ਤਾਂ ਨਾ ਤੁਸੀਂ ਦੁੱਖ ਦੀ ਨਵਜ਼ 'ਤੇ ਹੱਥ ਲਾ ਲਿਆ। ਮੰਮਾ ਹਮੇਸ਼ਾ ਕਹਿੰਦੇ ਨੇ, ਕਹਿੰਦੇ ਸਿਮਰ ਕਿ ਤੂੰ ਧੂਰੀ ਦੀ ਹੋ ਕੇ ਰਹਿ ਗਈ, ਤੇਰੀਆਂ ਜ਼ਿੰਮੇਵਾਰੀਆਂ ਹੈ ਨਾ ਤੂੰ ਧੂਰੀ। ਗੱਲ ਵੀ ਸਹੀ ਹੈ, ਮਤਲਬ ਜਿੰਨੀ ਰਿਸਪੋਂਸੀਬਿਲਟੀ ਆਪਣੇ ਪਰਿਵਾਰ ਲਈ, ਇੱਕ ਕੁੜੀ ਦੀਆਂ ਜੜ੍ਹਾਂ ਨਾ ਉਹਦੇ ਪੇਕੇ ਹੁੰਦੀਆਂ ਨੇ, ਅਤੇ ਆਪਣੀਆਂ ਜੜ੍ਹਾਂ ਨੂੰ ਹੀ ਉਹ ਕਿਤੇ ਨਾ ਕਿਤੇ ਇਗਨੋਰ ਕਰ ਦਿੰਦੀ ਹੈ। ਹਾਲਾਂਕਿ ਮੇਰਾ ਬ੍ਰਦਰ, ਮੈਨੂੰ ਬਹੁਤ ਮਾਣ ਆ ਸਿਮਰਨ, ਮੇਰੇ ਪਾਪਾ ਨੂੰ ਗਿਆ ਨੂੰ 2013 'ਚ ਚਲੇ ਗਏ, ਉਦੋਂ ਬਾਅਦ ਮੇਰੇ ਤੋਂ ਛੋਟਾ। ਜੇ ਮੈਂ ਕਹਾਂ ਨਾ, ਉਹਦੇ ਆਹ ਚੀਜ਼ ਉਹਨੇ ਦੁੱਗਣੀ ਕਰਕੇ ਹਮੇਸ਼ਾ ਮੈਨੂੰ ਦਿੱਤੀ ਆ, ਹਮੇਸ਼ਾ ਮੇਰੇ ਦੁੱਖ ਸੁੱਖ 'ਚ ਜੇ ਮੈਂ ਫੋਨ ਕਰਦੀ ਹਾਂ, ਮੈਨੂੰ ਫੋਨ ਕਰ ਲਿਆ, ਜੇ ਮੈਂ ਕਿਤੇ ਸੁੱਤੀ ਵੀ ਪਈ ਹੋਵਾਂ, ਤੁਸੀਂ ਠੀਕ ਨਹੀਂ ਬੋਲ ਰਹੇ, ਹੈਲੋ ਤੋਂ ਕਹਿ ਦੂਗਾ, ਤੁਸੀਂ ਅੱਜ ਤੁਹਾਡੀ ਤਬੀਅਤ ਠੀਕ ਨਹੀਂ, ਤੁਸੀਂ ਇੰਨਾ ਸੋਹਣਾ ਭਰਾ ਮੈਨੂੰ ਦਿੱਤਾ। ਪਰ ਮੇਰੇ ਨੇੜੇ ਨੇ ਮੋਰਾਂ ਵਾਲੀ, ਪਹਿਲਾਂ ਚੰਡੀਗੜ੍ਹ ਰਹਿੰਦੇ ਸੀ, ਹੁਣ ਉਹਦੇ ਨੇ ਆਪਣਾ ਜ਼ਮੀਨ ਨਾਲ ਜੁੜ ਗਿਆ, ਉਹ ਮੋਰਾਂ ਵਾਲੀ ਪਿੰਡ ਆ ਗਿਆ। ਮੰਮਾ ਅਤੇ ਉਹਦੇ ਮੇਰੇ ਕੋਲ ਇੱਕ ਦੋ ਦਿਨਾਂ ਬਾਅਦ ਆ ਜਾਂਦੇ ਨੇ, ਮੇਰਾ ਜਾਣਾ ਜ਼ਰੂਰ ਘੱਟ ਗਿਆ ਉੱਥੇ, ਕਿਉਂਕਿ ਇੱਥੇ ਹੀ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਰਾਜਨੀਤਿਕ ਤੌਰ 'ਤੇ ਅਤੇ ਸੋਸ਼ਲ ਤੌਰ 'ਤੇ ਥੋੜ੍ਹੀ ਜਿਹੀਆਂ ਜ਼ਿਆਦਾ ਨੇ। ਜੀ, ਤੁਸੀਂ ਬਾਹਰ ਲੋਨ ਬਹੁਤ ਸੋਹਣਾ ਬਣਾਇਆ ਹੋਇਆ, ਤੁਸੀਂ ਟੇਕ ਕੇਅਰ ਕਰਦੇ ਹੋ। ਥੈਂਕ ਯੂ ਰਾਜੇ, ਇਹ ਲੋਨ ਤਾਂ ਨਾ ਰੂਹ ਹੈ ਗੋਲਡੀ ਦੀ, ਮੇਰੀ ਅਤੇ ਗੋਲਡੀ ਦੀ ਰੂਹ ਕਹਿ ਦਿੰਦੇ ਹਾਂ। ਜ਼ਿਆਦਾ ਪਾਰਟੀਸਪੇਸ਼ਨ ਗੋਲਡੀ ਦੀ ਇਹਦੇ 'ਚ, ਕਿਉਂਕਿ ਜੇ ਕਿਤੇ ਦੋ ਤਿੰਨ ਦਿਨ ਕਿਤੇ ਗਏ ਵੀ ਹੁੰਦੇ ਨੇ ਨਾ, ਸਿਮਰਨ ਨੂੰ ਅਨੁਸਾਰ ਦੱਸ ਦਿੰਦੇ, ਮੇਰੇ ਇਹ ਬੂਟੇ 'ਚ ਤੁਸੀਂ ਪਾਣੀ ਘੱਟ ਪਾਇਆ, ਇਹਦਾ ਪੱਤਾ ਟੁੱਟਿਆ ਹੋਇਆ, ਜੇ ਬੱਚੇ ਨੂੰ ਬੋਲ ਬੂਲ ਲਾ ਕੇ ਕੋਈ ਫੁੱਲ ਡਿੱਗ ਜਾਏ, ਨਾਲ ਦੀ ਨਾਲ ਰਿਪੋਰਟਿੰਗ ਹੋ ਜਾਂਦੀ ਹੈ, ਇਹਦੇ 'ਚੋਂ ਇੱਕ ਫੁੱਲ ਗੈਬ ਹੈ। ਪੁੱਤਾਂ ਮੰਗੋ ਪੁੱਤ, ਉਹਨਾਂ ਨੇ ਆਪਣਾ ਇਹ ਲੋਨ ਪਾਲਿਆ ਹੋਇਆ, ਅਤੇ ਸਾਡੇ ਦੋਨਾਂ ਦੀ ਤਾਂ ਰੂਹੀ, ਅਸੀਂ ਸਵੇਰੇ ਉੱਠ ਕੇ ਜਾਂ ਚਿੜੀਆਂ ਚਹਿਕਦੀਆਂ ਨੇ ਨਾ, ਚੀਂ 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 ਕਰਦੀਆਂ ਨੇ, ਇੱਥੇ ਬੈਠ ਕੇ ਚਾਹ ਪੀਣੀ, ਇੱਕ ਦੂਜੇ ਨਾਲ ਗੱਲ ਕਰਨੀ, ਬੱਚਿਆਂ ਨਾਲ ਖੇਡਣਾ, ਕੁਦਰਤ ਦੇ ਨੇੜੇ ਜਾ ਕੇ ਤੁਸੀਂ ਮੈਨੂੰ ਲੱਗਦਾ ਆਪਣੀ ਹੋਂਦ 'ਚ ਜ਼ਿਆਦਾ ਹੋਣੇ ਹੋ। ਜੀ, ਤੁਸੀਂ ਦੱਸਿਆ ਸੀ ਆਫ ਦਾ ਰਿਕਾਰਡ ਜਦੋਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ ਤੁਹਾਨੂੰ ਕੁਕਿੰਗ ਬਹੁਤ ਪਸੰਦ ਹੈ, ਤੁਹਾਡੀ ਫੇਵਰੇਟ ਡਿਸ਼ ਕਿਹੜੀ ਹੈ? ਮੈਂ ਰਾਜੇ, ਫੇਵਰੇਟ ਡਿਸ਼ ਮੇਰੀ ਤਾਂ ਉਹੀ ਹੋ ਜਾਂਦੀ ਹੈ ਜੋ ਬੱਚਿਆਂ ਨੂੰ ਜ਼ਿਆਦਾ ਪਸੰਦ ਹੈ। ਵੈਸੇ ਬੱਚੇ ਬਹੁਤ ਖੁਸ਼ ਹੋ ਕੇ ਚਾਈਨੀਜ਼ ਖਾਂਦੇ ਨੇ, ਤਾਂ ਉਹਨਾਂ ਨਾਲ ਮੈਂ ਵੀ, ਮੈਨੂੰ ਮਾਂ ਦੀ ਤਾਂ ਫੇਵਰੇਟ ਡਿਸ਼ ਰਾਜੇ ਬਸ ਇੱਕ ਬੱਚਿਆਂ ਤੱਕ ਹੋ ਜਾਂਦੀ ਹੈ ਕਿ ਬੱਚੇ ਕੀ ਪਸੰਦ ਕਰਦੇ ਨੇ, ਮੈਂ ਤਾਂ ਸਾਰਾ ਕੁਛ ਹੀ ਖਾ ਲੈਂਦੀ ਹਾਂ। ਮੈਨੂੰ ਮੇਰੇ ਮੰਮਾ ਦੀਆਂ ਬਣੀਆਂ ਸਬਜ਼ੀਆਂ ਬਹੁਤ ਪਸੰਦ ਨੇ, ਜਿਵੇਂ ਬਲਕਿ ਨਾ ਤੁਸੀਂ ਹੱਸੋਗੇ, ਗੱਲ ਘਰੇ ਗੱਲ ਹੁੰਦੀ ਹੈ, ਹੁਣ ਗਰਮੀਆਂ ਦਾ ਸੀਜ਼ਨ ਆ ਗਿਆ, ਕੱਦੂ ਬਹੁਤ ਬਣਦਾ, ਮੇਰੇ ਬੱਚਿਆਂ ਨੂੰ ਵੀ ਕੱਦੂ ਬਹੁਤ ਪਸੰਦ ਹੈ। ਲੋਕ ਨਾ ਹੱਸਦੇ ਹੁੰਦੇ ਨੇ, ਕਹਿੰਦੇ ਤੁਹਾਡੇ ਤਾਂ ਪਰਿਵਾਰ ਦੀ ਫੇਵਰੇਟ ਸਬਜ਼ੀ ਕੱਦੂ ਹੋਈ ਹੋਈ ਹੈ, ਘਰ ਦਾ ਕੱਦੂ ਅਤੇ ਵਧੀਆ ਘਰੇ ਬਣਿਆ ਹੋਵੇ ਉਹ ਮੇਰੀ ਫੇਵਰੇਟ ਹੈ। ਜੀ, ਸਾਨੂੰ ਕੀ ਬਣਾ ਕੇ ਖਵਾਉਂਗੇ ਅੱਜ? ਚਲੋ ਦੱਸੋ ਤੁਸੀਂ, ਇਹ ਦੱਸੋ ਕਿ ਆਹ ਖਾਣਾ ਹੈ ਉਹ ਮੈਂ ਬਣਾ ਦੂੰਗੀ। ਤੁਸੀਂ ਬਣਾਓਗੇ? ਬਿਲਕੁਲ, ਕਿਉਂਕਿ ਜਿਵੇਂ ਮੈਂ ਆਪਣੇ ਬੱਚਿਆਂ ਲਈ ਬਣਾਉਂਦੀ ਹਾਂ, ਗੋਲਡੀ ਲਈ ਬਣਾਉਂਦੀ ਹਾਂ, ਅਤੇ ਮੈਂ ਲੱਕੀ ਹੋਊਂਗੀ ਜੇ ਮੈਂ ਤੁਹਾਡੇ ਲਈ ਵੀ ਬਣਾਉਂਗੀ। ਜੀ, ਤੁਹਾਨੂੰ ਕੁਕਿੰਗ ਕੀਤਿਆਂ ਕਿੰਨਾ ਕੁ ਟਾਈਮ ਹੋ ਗਿਆ? ਰੋਜ਼, ਐਵਰੀ ਡੇ। ਮੈਂ ਜਦ ਬਾਹਰ ਜਾਂਦੀ ਹਾਂ, ਜੇ ਮਤਲਬ ਤੁਹਾਨੂੰ ਮੈਂ ਦੱਸੀਏ ਕਿ ਤੇਜਸ ਕਹਿੰਦਾ ਕਿ ਮੰਮਾ ਲੰਚ 'ਤੇ ਆਪਾਂ ਇਕੱਠੇ ਹੋਣਾ, ਅਤੇ ਗੋਲਡੀ ਨੂੰ ਵੀ ਇਹ ਹੁੰਦਾ ਕਿ ਚਾਹੇ ਸਿੰਪਲ ਦਾਲ ਆ, ਤੜਕਾ ਸਿਮਰ ਲਾਵੇ। ਮੈਂ ਰਾਜੂ ਨੂੰ ਕਹਿ ਦੇਣੀ ਕਿ ਰਾਜੂ ਸਾਰਾ ਕੁਛ ਕੱਟ ਵੱਢ ਕੇ ਰੱਖੀ, ਤੜਕਾ ਮੈਂ ਲਾਊਂਗੀ ਆ ਕੇ, ਕਿਉਂਕਿ ਨੂਣ ਮਿਰਚ ਦਾ ਹਿਸਾਬ। ਨਾਲੇ ਜਦ ਮੈਂ ਆਪਣੀ ਫੈਮਿਲੀ ਨੂੰ ਖਵਾਉਣਾ ਹੈ ਨਾ, ਇੱਕ ਲੇਡੀ ਨੇ ਖਵਾਉਣਾ, ਆਪਾਂ ਆਪਣੇ ਪਿਆਰ ਨਾਲ ਖਵਾਉਂਦੇ ਹਾਂ। ਚਾਹੇ ਬਾਹਰੋਂ ਆ ਕੇ ਬਹੁਤ ਉਹ ਹੁੰਦੀ ਹੈ ਕਿ ਹਾਂ ਇੰਨੀ ਗਰਮੀ 'ਚ ਕਿਚਨ 'ਚ ਜਾਣਾ ਪੈਂਦਾ, ਪਰ ਮੈਨੂੰ ਲੱਗਦਾ ਜੇ ਬਾਹਰਲੀਆਂ ਡਿਊਟੀਆਂ ਦੇ ਨਾਲ ਨਾਲ ਨਾ, ਮੇਰੀ ਸਭ ਤੋਂ ਪਹਿਲੀ ਡਿਊਟੀ ਮੇਰਾ ਪਰਿਵਾਰ ਆ। ਤੁਸੀਂ ਪੋਲੀਟੀਕਲ ਸਫਾਹਾਂ ਵਿੱਚ ਵੀ ਵਿਚਰਦੇ ਹੋ, ਅਤੇ ਤੁਹਾਡਾ ਕੋਈ ਪੋਲੀਟੀਕਲੀ ਕੋਈ ਫਰੈਂਡ ਬਣਿਆ ਹੋਵੇ, ਕੋਈ ਦੋਸਤ ਬਣੀ ਹੋਵੇ?
नहीं पॉलिटिकल फ्रेंड तो कोई भी नहीं मेरे, वैसे भी कोई ज़्यादा दोस्त मित्र, मेरी एक बेस्ट फ्रेंड सी कॉलेज, मैं गोल्डी अमनीत असं इकट्ठे होंगे सी, अमनीत तो न्यूजीलैंड है हूँ। अच्छा। कोई ज़्यादा दोस्ती नहीं, क्योंकि मैं लगता दोस्त वो लभद ने जिन्होंने परिवारों से कमियां होंदिया ने, साडा तो परिवार ही, मेरिया तो सिस्टर इन लॉ कोई भी गल करनी जो मैं तुम्हें दसिया मम्मी डैडी असं एक पासे हो जाने, एवं मेरिया सिस्टर इन लॉ ने, मतलब असी साड़ी फैमिली का ना रजे जॉइंट फैमिली होने करके बहुत फायदे ने। जिहड़ी फैमिलीज़ तुसी वाकई जी पिक्चरां च देखते हो ना वो रियलिटी च साड़ी फैमिली है। जिवें किसी असी छोटी कुड़ी का ब्याह करना भाभी जी बस तुसी ही लै दो, कोई हो सकता अज की डेट च भी उन्होंने अपने सूट तक ना देखे होण कि भाभी जी जो कर दें, बहुत ने, बहुत सानू माण आ ते बहुत सहारा रजे। गोल्डी दे भरा भी ये कह देंगे ने कि भाई तू, क्योंकि एक कैनेडा एक साडे चाचा जी अमेरिका ने, बहुत सपोर्ट आ सानू साडे परिवार की दोनों। तुसी सूट की गल की, थोड़ा सूट बहुत सोहना। सूटा का तो जे मैं गल करा, ये मेरा शौक भी आ, तो मैं ऐ लगता हों कि जो बंदा शकीन होवे ना, कहिंदे नहीं हुंदे कि जिन्हों आपदा मूँह नहीं धोना उहदा किसी का की धोऊगा। एक शकीन बंदा अपने आप नूं भी वधिया रखदा ते दूजिया नूं भी वधिया रखदा। रही गल सूटां दी, इह मेरा शौक भी है ते मेरा प्रोफेशन भी है सिमरन, बल्कि तुसीं वधिया सवाल पुछ लिया। हुण तक तां मैं एग्जीबिशनज ही करदी सी सूटां दी, बट हुण मैं सोचिया मैं ते गोल्डी असीं अपना ब्रांड लॉन्च करांगे बहुत जल्दी जी। ठीक, ऑल द वेरी बेस्ट, थैंक यू। क्योंकि आखिर नू सूटां दा जिवें जे ओही जे थोड़ा शौक थोड़ा प्रोफेशन बन जाए ना, ओदी गल ही होर हुंदी है जी। सिमर तुरी ना एक प्रोग्राम होया सी ते ओदे विच तुसी भी सीगे, डॉक्टर गुरप्रीत कौर भी सी, तुसी इकट्ठे बैठे सीगे, तुहाडी कोई गलबात हुई सी उदों? ਰਾਜੀ ਸੰਗਰੂਰ ਹੋਇਆ ਸੀ, ਤੀਆਂ ਦਾ ਪ੍ਰੋਗਰਾਮ ਸੀਗਾ। ਅੱਛਾ। ਇੱਥੇ SSP ਸੀਗੇ ਮਨਦੀਪ ਸਿੱਧੂ, ਉਹਨਾਂ ਦੀ ਵਾਈਫ ਨੇ ਕਰਾਇਆ ਸੀ ਅਤੇ ਹਰ ਸਾਲ ਹੀ ਮੈਂ ਜਾਂਦੀ ਸੀ ਅਤੇ ਇਸ ਵਾਰੀ ਡਾਕਟਰ ਗੁਰਪ੍ਰੀਤ ਵੀ ਉਹਨਾਂ ਨੇ ਬੁਲਾਏ ਹੋਏ ਸੀਗੇ। ਨਹੀਂ ਗੱਲਬਾਤ ਕੁਛ ਨਹੀਂ ਹੋਈ, ਜੈਸਚਰ ਜ਼ਰੂਰ ਸਾਂਝੇ ਕੀਤੇ ਸੀਗੇ ਕਿਉਂਕਿ ਉਹ ਐਜ਼ ਅ ਗੈਸਟ ਆਏ ਸੀ ਅਤੇ ਇੱਕ ਦੂਜੇ ਨੂੰ ਬਸ ਅਸੀਂ ਮਿਲੇ ਬਹੁਤ ਪਿਆਰ ਨਾਲ, ਉਹਨਾਂ ਨੇ ਵੀ ਬਹੁਤ ਰਿਸਪੈਕਟ ਦਿੱਤੀ, ਮੈਂ ਵੀ ਬਹੁਤ ਰਿਸਪੈਕਟ ਦਿੱਤੀ ਜੀ। ਤੁਹਾਡਾ ਫੇਵਰੇਟ ਪੋਲੀਟੀਸ਼ੀਅਨ ਕਿਹੜਾ? ਗੋਲਡੀ। ਇਹ ਤਾਂ ਬਹੁਤ ਡਿਪਲੋਮੈਟਿਕ ਆਂਸਰ। ਨਹੀਂ ਇਹ ਰਿਐਲਿਟੀ ਹੈ ਰਾਜੇ, ਮੈਂ ਬਾਹਲੀ ਪੋਲੀਟਿਕਸ, ਮੈਂ ਬਹੁਤ ਲੋਕਾਂ ਨੂੰ ਨਹੀਂ ਜਾਣਦੀ, ਤੁਸੀਂ ਮੇਰੇ ਕੋਈ ਵੀ ਪੇਜ ਦੇਖੋਗੇ ਮੈਂ ਜ਼ਿਆਦਾ ਫੋਲੋ ਵੀ ਨਹੀਂ ਕੀਤੇ ਹੋਏ। ਮੈਨੂੰ ਮੈਂ ਹਰ ਇੱਕ ਚੀਜ਼, ਮੈਂ ਤੁਹਾਨੂੰ ਦੱਸਿਆ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਇਹ ਬਹੁਤ ਜ਼ਿਆਦਾ ਗੋਲਡੀ ਗੋਲਡੀ ਕਹਿੰਦੀ, ਪਰ ਮੈਂ ਕਰਾਂ ਕੀ ਸਿਮਰਨ, ਮੇਰੀ ਰਿਐਲਿਟੀ ਵੀ ਇਹ ਹੈ। ਕਿਉਂਕਿ ਜੇ ਉਹ ਪੋਲੀਟਿਕਸ 'ਚ ਆਏ ਤਾਂ ਮੇਰਾ ਇੰਟਰਸਟ ਬਣਿਆ। ਨੋ ਡਾਊਟ ਮੇਰੇ ਫਾਦਰ ਸਾਹਿਬ MLA ਲੜੇ, ਕਿਉਂਕਿ ਜਦ ਮੈਂ ਛੋਟੀ ਹੁੰਦੀ ਸੀ ਸਵੇਰੇ ਉੱਠ ਕੇ ਦੇਖਣਾ, ਜਦ ਉੱਠੇ ਹੋਣਾ ਨਾ ਬਹੁਤ ਲੋਕ ਇਕੱਠੇ ਹੋਏ ਹੁੰਦੇ, ਪਾਪਾ ਨੇ ਸਵੇਰੇ ਸਵੇਰੇ ਕਿਸੇ ਦਾ ਕੋਈ ਦੁੱਖ ਸੁੱਖ ਹੋਣਾ, ਕੋਈ ਮਸਲਾ ਹੋਣਾ, ਪਾਪਾ ਨੇ ਇਨਵੋਲਵ ਹੋਣਾ, ਉਹੀ ਚੀਜ਼ ਘਰ ਕਰ ਗਈ, ਪਹਿਲਾਂ ਮੇਰੇ ਫਾਦਰ ਸਾਹਿਬ ਫਿਰ ਗੋਲਡੀ। ਜਦ ਹੈ ਹੀ ਪੋਲੀਟਿਕਸ 'ਚ, ਮੈਂ ਤਾਂ ਮੇਰਾ ਤਾਂ ਮੇਰੀ ਤਾਂ ਪੈਦਾਵਾਰ ਹੀ ਪੋਲੀਟਿਕਸ 'ਚ ਹੋਈ, ਵਿਆਹ ਹੀ ਆਈ ਤਾਂ ਪੋਲੀਟਿਕਸ, ਵਿਆਹ ਤੋਂ ਪਹਿਲਾਂ ਵੀ ਜਦ ਗੋਲਡੀ ਨੇ ST ਕਾਲਜ ਪੰਜਾਬ ਯੂਨੀਵਰਸਿਟੀ ਨਾਲ ਨਾਲ ਚੱਲੀ ਹੈ, ਬੜੇ ਸਾਲ ਹੋ ਗਏ ਪੋਲੀਟਿਕਸ ਨੂੰ। ਫੇਵਰੇਟ ਸਿੰਗਰ ਕਿਹੜਾ? ਗਾਣੇ ਰਾਜੇ ਮੈਂ ਜ਼ਿਆਦਾ ਸੁਣਦੀ ਨਹੀਂ, ਪਰ ਹਾਂ ਜਦ ਨਾ ਅਸੀਂ ਚੰਡੀਗੜ੍ਹ ਨੂੰ ਆਉਣਾ ਇਕੱਠਿਆਂ ਨੇ, ਗੋਲਡੀ ਨੇ, ਇਹ ਗੱਲ ਸ਼ਾਇਦ ਕਈਆਂ ਨੂੰ ਬੁਰੀ ਵੀ ਲੱਗੇ, ਪਤਾ ਨਹੀਂ ਮੈਨੂੰ ਇਹ ਕਰਨੀ ਚਾਹੀਦੀ ਹੈ ਕਿ ਨਹੀਂ, ਗੋਲਡੀ ਨੇ ਮੂਸੇਵਾਲੇ ਦੇ ਗਾਣੇ ਸੁਣੇ ਸਿੱਧੂ ਦੇ। ਮੈਂ ਕਹਿਣਾ ਗੋਲਡੀ ਤੁਸੀਂ ਕੀ ਸੁਣੀ ਜਾਂਦੇ ਹੋ, ਪਰ ਜਿੱਦਣੇ ਉਹ ਚਲਾ ਗਿਆ ਨਾ, ਰੋ ਰੋ ਕੇ ਉਹਦੇ ਗਾਣੇ ਸੁਣੇ ਨੇ, ਹੁਣ ਗਾਣੇ ਲੱਗਦੇ ਨੇ, ਬਲਕਿ ਮੇਰੇ ਬੱਚੇ ਸ਼ੁਰੂ ਤੋਂ ਹੀ ਫੈਨ ਨੇ ਬਹੁਤ ਜ਼ਿਆਦਾ, ਅਤੇ ਗੋਲਡੀ ਨੇ ਹੁਣ ਜਦ ਗਾਣੇ ਲਾਉਂਦੇ ਨੇ ਤਾਂ ਹੁਣ ਇਹ ਲੱਗਦਾ ਕਿ ਕਿਸੇ ਹੋਰ ਦਾ ਗਾਣਾ ਨਾ ਲੱਗੇ, ਉਹਦਾ ਹੀ ਲੱਗੇ। ਉਹੀ ਨਾ ਜਦ ਬੰਦਾ ਕੋਈ ਚਲਾ ਜਾਂਦਾ ਉਦੋਂ ਬਾਅਦ ਹੀ ਉਹਦੀ ਕਦਰ ਹੁੰਦੀ ਹੈ ਕਿ ਉਹਦੀ ਦੇਣ ਕੀ ਹੈ। ਬਿਲਕੁਲ, ਬਹੁਤ ਵਧੀਆ ਮੁਲਾਕਾਤ ਹੋਈ ਆਪਣੀ, ਤੁਸੀਂ ਆਪਣਾ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਰਾਜੇ, ਥੈਂਕ ਯੂ।